ਧੰਨ ਆਦਿ ਗੁਰੂ ਰਵਿਦਾਸ ਦਰਸ ਜਾਂਦਾ ਇੱਥੇ ਬੋਲ ਕੇ ਇਹਨਾਂ ਦੇ ਅਰਥ ਇਸ ਤਰ੍ਹਾਂ ਹਨ ਸਾਰਿਆਂ ਨੂੰ ਜਿੱਥੇ ਉਹ ਇੱਕ ਅੱਖ ਨਾਲ ਵੇਖਦੀ ਹੈ
ਉੱਥੇ ਗੁਰਮੁਖੋ ਹਰ ਪੁੱਤਰ ਮਾਂ ਦਾ ਰਾਜਾ ਵੇਟੇ ਹੁੰਦੇ, ਮਾਂ ਦਾ ਰਾਜਾ ਪੁੱਤਰ ਹੁੰਦਾ। ਘਰ ਦੇ ਵਿੱਚ ਭਾਵੇਂ ਕਿੰਨੀ ਵੀ ਗਰੀਬੀ ਹੋਵੇ, ਪਰ ਮਾਂ ਜਦੋਂ ਕਹੇਗੀ ਨਾ, ਮਾਂ ਆਪਣੇ ਪੁੱਤਰ ਨੂੰ ਪੁਕਾਰੇਗੀ, ਮੇਰਾ ਰਾਜਾ ਵੇਟੇ। ਗੁਰਮੁਖ ਆਪ ਜੀ ਨੂੰ ਇੱਕ ਬੇਨਤੀ ਕਰਨਾ, ਅਸੀਂ ਸਾਰੀ ਗ੍ਰਹਿਸਥੀ ਬੈਠੇ ਹਾਂ, ਧੀਆਂ ਪੁੱਤਰਾਂ ਵਾਲੀਆਂ ਨੇ, ਮਾਂ ਦੀ ਦੇਣ ਕਦੀ ਨਹੀਂ ਦਿੱਤੀ ਜਾ ਸਕਦੀ। ਅਸੀਂ ਕਿੰਨੇ ਔਖੇ ਹੋ ਕੇ ਸਕੂਲਾਂ ਵਿੱਚ ਪੜ੍ਹੇ, ਸਰਕਾਰੀ ਸਕੂਲਾਂ ਵਿੱਚ ਪੜ੍ਹੇ, ਅਤੇ ਘਰ ਤੋਂ ਤੁਰ ਕੇ ਜਾਣਾ, ਤੁਰ ਕੇ ਆਉਣਾ, ਅਤੇ ਮੋਢਿਆਂ ਦੇ ਉੱਤੇ ਬੈਗ ਪਾਇਆ ਹੋਣਾ ਕਿਤਾਬਾਂ ਵਾਲਾ। ਅਸੀਂ ਚਾਹੁੰਦੇ ਹਾਂ ਕਿ ਸਾਡੇ ਜਿਹੜੇ ਧੀਆਂ ਪੁੱਤਰ ਹੈ, ਇਹਨਾਂ ਨੂੰ ਔਖ ਨਾ ਵੇਖਣੀ ਪਵੇ, ਉਹਨਾਂ ਨੂੰ ਅਸੀਂ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਾਉਂਦੇ ਹਾਂ। ਕਾਹਦੇ ਵਾਸਤੇ ਕਿ ਸਾਡਾ ਬੱਚਾ ਗਰਮੀ ਦੇ ਵਿੱਚ ਕਿੱਥੇ ਤੁਰ ਕੇ ਆਉਂਦਾ ਜਾਂਦਾ ਫਿਰੇਗਾ, ਇਹਨੂੰ ਬੱਸ ਦੇ ਉੱਤੇ ਜਾਣਾ ਆਉਣਾ ਪਵੇ ਤਾਂ ਚੰਗਾ, ਉਹਦੇ ਵਾਸਤੇ ਬੱਸ ਦੀ ਫੈਸਿਲਿਟੀ ਦੇਈ ਜਾਂਦੀ, ਇੱਥੇ ਬੱਸ ਨਹੀਂ। ਮਾਂ ਅਤੇ ਪਿਓ ਨੂੰ ਪਤਾ ਹੁੰਦਾ ਵੀ ਸਾਡਾ ਪੁੱਤਰ ਸਾਡੀ ਧੀ ਸਕੂਲ ਵਿੱਚ ਬੱਸ ਦੇ ਵਿੱਚ ਬਹਿ ਕੇ ਪੜ੍ਹਨ ਵਾਸਤੇ ਗਈ ਹੈ, ਉਹਨੇ ਬੱਸ ਵਿੱਚ ਹੀ ਬਹਿ ਕੇ ਆਉਣਾ ਹੈ। ਪਰ ਮਾਂ ਦੀਆਂ ਅੱਖਾਂ ਵਿੱਚ ਫਿਰ ਪਿਆਸ ਹੁੰਦੀ ਹੈ, ਜਿੱਥੇ ਬੱਸ ਨੇ ਰੁਕਣਾ ਹੋਵੇ ਨਾ, ਬੱਸ ਦੇ ਆਉਣ ਤੋਂ ਪਹਿਲਾਂ ਮਾਂ ਫਿਰ ਉੱਥੇ ਖੜੀ ਹੁੰਦੀ ਹੈ। ਮਾਂ ਦੀ ਦੇਣ ਕਿੱਥੇ ਦੇ ਸਕਦੀ, ਹਾਲਾਂਕਿ ਪਤਾ ਹੈ ਕਿ ਸਾਡੇ ਧੀ ਪੁੱਤਰ ਨੇ ਕਿਹੜਾ ਥੱਕ ਕੇ ਆਉਣਾ, ਬੱਸ ਵਿੱਚ ਬਹਿ ਕੇ ਜਾਂਦਾ, ਬੱਸ ਵਿੱਚ ਬਹਿ ਕੇ ਆਉਂਦਾ। ਪਰ ਮਾਂ ਦੇ ਅੰਦਰ ਜਿਹੜੀ ਕਸ਼ਿਸ਼ ਹੈ ਆਪਣੇ ਧੀ ਦੇ ਪੁੱਤਰ ਦੇ ਪ੍ਰਤੀ, ਉਹ ਖਿੱਚ ਜਿਹੜੀ ਹੈ ਉਹ ਵੱਖਰੀ। ਗੁਰਮੁਖ ਜਦੋਂ ਗੁਰੂ ਨੇ ਆਪਣੇ ਰੱਬ ਦੀ ਗੱਲ ਦੀ, ਪਰਮਾਤਮਾ ਦੇ ਘਰ ਦੀ ਗੱਲ ਸਮਝਾਈ ਤੇ ਪੁੱਛਿਆ ਵੀ ਕਿਵੇਂ ਚੇਤੇ ਕਰੀਏ ਰੱਬ, ਕਿਵੇਂ ਯਾਦ ਕਰੀਏ ਪਰਮਾਤਮਾ ਨੂੰ, ਸਤਿਗੁਰ ਜੀ ਕਹਿਣ ਲੱਗੇ ਜੇ ਰੱਬ ਨੂੰ ਯਾਦ ਕਰਨਾ ਹੈ ਨਾ ਤੇ ਮਾਂ ਤੋਂ ਸਿੱਖ ਲੈਣਾ। ਸਤਨਾਮ ਸ੍ਰੀ ਵਾਹ ਕਹਿਣ ਲੱਗੇ ਮਾਂ ਤੋਂ ਕਿਵੇਂ ਸਿੱਖੀ, ਪੁੱਤਰ ਕਿਤੇ ਗਿਆ ਹੋਵੇ ਵਿਦੇਸ਼ਾਂ ਵਿੱਚ ਹੋਵੇ, ਮਾਂ ਘਰੇ ਬੈਠੀ ਹੈ ਤੇ ਉਹਦੀ ਯਾਦ ਵਿੱਚ ਜੁੜਦੀ ਹੈ, ਉਹਦਾ ਨਾਮ ਨਹੀਂ ਲੈਂਦੀ, ਜਿਹੜਾ ਉਹਦਾ ਨਾਮ ਰੱਖਿਆ ਉਹ ਨਹੀਂ ਲੈਂਦੀ, ਉਹਦੇ ਅੰਦਰ ਯਾਦ ਚੱਲਦੀ ਹੈ ਕਦੋਂ ਮੇਰਾ ਪੁੱਤਰ ਆਵੇਗਾ, ਕਦੋਂ ਮੈਂ ਅੱਖਾਂ ਨਾਲ ਵੇਖਣਾ, ਮੇਰੇ ਕਾਲ ਦੀ ਠੰਡ ਤਾਂ ਪਏ ਜਦੋਂ ਮੈਂ ਆਪਣੇ ਪੁੱਤਰ ਨੂੰ ਵੇਖੂ। ਰਾਹ ਭਈਆ ਉਹ ਬਾਰਿਕ ਤੇਰਾ, ਕਾਹੇ ਨਾ ਖੰਡਸ ਅਵਗੁਣ ਮੇਰਾ, ਜੇ ਅਤ ਕਰੋਪ ਕਰੇ ਕਰਤਾਇਆ, ਤਾਂ ਵੀ ਚੀਤ ਨਾ ਰਾਗ ਸਮਾਇਆ। ਬਾਬਾ ਕਬੀਰ ਸਿੰਘ ਜੀ ਕਹਿਣ ਲੱਗੇ ਜੇ ਪਿਆਰ ਪਾਉਣਾ ਹੈ ਨਾ ਤੇ ਰੱਬ ਨਾਲ ਪਾ, ਤੇ ਮਾਂ ਵਰਗਾ ਪਿਆਰ ਕਰ, ਜਦੋਂ ਤੇਰੀ ਖਿੱਚ ਇੱਕ ਮਾਂ ਵਾਂਗੂ ਹੋਵੇਗੀ ਨਾ, ਤੇ ਸੱਚ ਗੱਲ ਇਹ ਹੈ ਜਿਵੇਂ ਗੁਰਮੁਖੋ ਮਾਂ ਆਪਣੇ ਧੀ ਪੁੱਤਰ ਤੇ ਕਿਤੇ ਗੁੱਸੇ ਵੀ ਹੋ ਜਾਵੇ ਨਾ, ਜੇ ਅਤ ਕਰੋਪ ਕਰੇ ਕਰਤਾਇਆ, ਤਾਂ ਵੀ ਚੀਤ ਨਾ ਰਾਗ ਸਮਾਇਆ। ਮਾਂ ਫਿਰ ਸ਼ਾਮ ਨੂੰ ਆਪਣੇ ਬੱਚੇ ਨੂੰ ਗੋਦ ਵਿੱਚ ਲੈ ਕੇ ਬੈਠੀ ਹੁੰਦੀ ਹੈ, ਤਾਂ ਕੀ ਹੋਇਆ ਮੇਰਾ ਹੀ ਬੱਚਾ, ਗਲਤੀਆਂ ਬੱਚੇ ਹੀ ਕਰਦੇ ਹੁੰਦੇ। ਮਾਂ ਉਹਦੇ ਕ੍ਰੋਧ, ਉਹਦੇ ਉੱਪਰ ਹੋਏ ਕ੍ਰੋਧ ਤੇ ਗੁੱਸੇ ਨੂੰ ਆਪਣੇ ਚਿੱਤ ਵਿੱਚ ਨਹੀਂ ਰੱਖਦਾ। ਤੇ ਗੁਰਮੁਖੋ ਆਪ ਜੀ ਨੂੰ ਬੇਨਤੀ ਕਰਾਂ, ਇੱਕ ਰਾਣੀ ਸੀ,
ਤੇ ਉਹਦਾ ਇੱਕ ਪੁੱਤਰ ਬਾਹਰ ਖੇਡ ਰਿਹਾ ਸੀ। ਸਵੇਰ ਤੋਂ ਖੇਡੀ ਜਾਵੇ, ਹੁਣ ਇਹ ਰਿਸ਼ਤਾ ਵੀ ਇਹੋ ਜਿਹਾ ਹੈ।
ਜਿਹੜੀ ਰਾਣੀ ਸੀ ਉਹ ਤੜਪ ਰਹੀ ਸੀ ਕਿ ਸਵੇਰ ਤੋਂ ਮੇਰਾ ਪੁੱਤਰ ਘਰ ਤੋਂ ਗਿਆ ਹੋਇਆ, ਉਹਨੇ ਪ੍ਰਸ਼ਾਦਾ ਨਹੀਂ ਛਕਿਆ, ਰੋਟੀ ਨਹੀਂ ਖਾਧੀ ਤੇ ਉਹਨੂੰ ਇੰਨੀ ਭੁੱਖ ਲੱਗੀ ਹੋਵੇਗੀ ਪਰ ਘਰ ਦੀ ਵਾਪਸੀ ਨਹੀਂ ਆਈ। ਰਾਣੀ ਨੇ ਪਤਾ ਕੀ ਕੀਤਾ, ਆਪਣੀ ਨੌਕਰਾਣੀ ਨੂੰ ਆਵਾਜ਼ ਮਾਰੀ, ਪਲੇਟ ਦੇ ਵਿੱਚ ਖਾਣਾ ਪਰੋਸਿਆ, ਪਲੇਟ ਦੇ ਵਿੱਚ ਪ੍ਰਸ਼ਾਦਾ ਪਾ ਕੇ ਨੌਕਰਾਣੀ ਨੂੰ ਆਖਿਆ, ਇਹ ਪ੍ਰਸ਼ਾਦਾ ਮੇਰੇ ਪੁੱਤਰ ਨੂੰ ਦੇ ਕੇ ਆ। ਇਹ ਨੌਕਰਾਣੀ ਨੇ ਅੱਗੋਂ ਸਵਾਲ ਕੀਤਾ ਕਿ ਉਹ ਸਾਹਮਣੇ ਅਨੇਕਾਂ ਬੱਚੇ ਨੇ, 100-150 ਬੱਚਾ ਹੈ, ਉਹਨਾਂ ਦੇ ਵਿੱਚੋਂ ਮੈਨੂੰ ਕੀ ਪਤਾ ਤੁਹਾਡਾ ਪੁੱਤਰ ਕਿਹੜਾ ਹੈ। ਰਾਣੀ ਨੇ ਆਖਿਆ, ਭਾਵੇਂ ਉਹ ਬੱਚੇ ਬਹੁਤ ਨੇ, ਗਿਣਤੀ ਬਹੁਤ ਹੈ, ਪਰ ਮੇਰੇ ਬੱਚੇ ਦੀ ਪਛਾਣ ਅਲੱਗ ਹੈ। ਕਹਿਣ ਲੱਗੀ, ਕਿਵੇਂ? ਆਖਿਆ ਕਿ ਉਹਨਾਂ ਸਾਰਿਆਂ ਦੇ ਵਿੱਚੋਂ ਮੇਰਾ ਪੁੱਤਰ ਸਭ ਤੋਂ ਸੋਹਣਾ ਹੈ, ਜਿਹੜਾ ਸਭ ਤੋਂ ਸੋਹਣਾ ਹੋਵੇ ਨਾ ਉਹੀ ਮੇਰਾ ਪੁੱਤਰ ਹੈ। ਸਤਨਾਮ ਸ਼੍ਰੀ ਵਾਹਿਗੁਰੂ। ਅਤੇ ਜਿਹੜਾ ਉਹਨਾਂ ਦੇ ਵਿੱਚੋਂ ਸਭ ਤੋਂ ਸੋਹਣਾ ਹੋਵੇ, ਮੈਂ ਪੁੱਛਣ ਦੀ ਲੋੜ ਨਹੀਂ, ਉਹਨੂੰ ਪ੍ਰਸ਼ਾਦਾ ਛਕਾ ਦਿਆ। ਅਤੇ ਗੁਰਮੁਖ ਪ੍ਰਸ਼ਾਦਾ ਲਿਆ। ਨੌਕਰਾਣੀ ਬੱਚਿਆਂ ਨੂੰ ਬੁਲਾ ਰਹੀ ਹੈ, ਜਿਸ ਵਿੱਚ ਸਾਰੇ ਬੱਚਿਆਂ ਦੇ ਚਿਹਰਿਆਂ ਨੂੰ ਨਿਹਾਰਿਆ। ਇੱਕ ਬੱਚੇ ਦੇ ਫੱਟੇ ਪੁਰਾਣੇ ਕੱਪੜੇ, ਸੋਹਣਾ ਵੀ ਕੋਈ ਨਹੀਂ, ਉਹਨੂੰ ਕੋਲ ਬਿਠਾ ਕੇ, ਗੋਦ ਵਿੱਚ ਬਿਠਾ ਕੇ ਉਹਦਾ ਪ੍ਰਸ਼ਾਦਾ ਛਕਾਉਣ ਲੱਗ ਪਈ। ਆਖੋ ਸਤਨਾਮ ਤੇਰਾ ਕੋਲ ਆ ਗਿਆ। ਆਖਿਆ ਕਿ ਮੈਂ ਤੈਨੂੰ ਕਿਹਾ ਸੀ ਕਿ ਜਿਹੜਾ ਸਭ ਤੋਂ ਸੋਹਣਾ ਪੁੱਤਰ ਹੈ ਉਹਨੂੰ ਲੰਗਰ ਛਕਾਉਣਾ ਹੈ, ਉਹ ਮੇਰਾ ਪੁੱਤਰ ਹੈ। ਤੇ ਗੁਰਮੁਖੋ ਨੌਕਰਾਣੀ ਨੇ ਆਖਿਆ ਕਿ ਮੈਂ ਸਾਰੇ ਬੱਚਿਆਂ ਦੇ ਚਿਹਰਿਆਂ ਨੂੰ ਵੇਖਿਆ, ਸਾਰਿਆਂ ਦੇ ਵਿੱਚੋਂ ਮੈਨੂੰ ਇਹੀ ਸੋਹਣਾ ਲੱਗਾ। ਤੇ ਰਾਣੀ ਨੇ ਆਖਿਆ, ਇਹ ਕਿਵੇਂ ਸੋਹਣਾ ਹੈ, ਫਟੇ ਪੁਰਾਣੇ ਕੱਪੜੇ, ਇਹਦਾ ਵਜ਼ੀਆ ਵੀ ਚੰਗਾ ਨਾ, ਰੂਪ ਰੰਗ ਵੀ ਚੰਗਾ ਨਾ, ਇਹ ਸਾਰਿਆਂ ਦੇ ਵਿੱਚੋਂ ਕਿਵੇਂ ਸੋਹਣਾ ਹੈ, ਨਾਲੇ ਇਹ ਮੇਰਾ ਪੁੱਤਰ ਵੀ ਨਹੀਂ। ਤੇ ਆਖਿਆ, ਇਹ ਸਾਰਿਆਂ ਦੇ ਵਿੱਚੋਂ ਸੋਹਣਾ, ਸੋਹਣੇ ਦੀ ਗੱਲ ਕਰੀਏ ਤੇ ਮੈਨੂੰ ਇਹੀ ਸੋਹਣਾ ਲੱਗਾ। ਰਾਣੀ ਕਹਿੰਦੀ, ਕਿਵੇਂ? ਕਹਿਣ ਲੱਗੀ, ਕਿਉਂਕਿ ਮੇਰਾ ਪੁੱਤਰ ਹੋਇਆ ਗਿਆ। ਸਤਨਾਮ। ਮਾਂ ਨੂੰ ਆਪਣੇ ਪੁੱਤਰ ਸਭ ਤੋਂ ਸੋਹਣਾ ਲੱਗਦਾ, ਚਾਹੇ ਗੁਰਮੁਖ ਉਹਦੇ ਬੱਚੇ ਦਾ ਰੰਗ ਪੱਕਾ ਕਿਉਂ ਨਾ। ਮਾਂ ਕਹਿੰਦੀ ਹੈ, ਮੇਰਾ ਪੁੱਤਰ ਸਭ ਤੋਂ ਸੋਹਣਾ, ਮੇਰਾ ਰਾਜਾ ਵਿਆਹ। ਆਓ ਗੁਰਮੁਖ ਇੱਕ ਸ਼ਬਦ ਪੜ੍ਹ ਕੇ ਸਮਾਪਤੀ ਹੈ ਤੇ ਬੇਬੇ ਪੂਰਵਕ ਸ਼ਬਦ ਹੁਕਮ ਹੋਇਆ ਹੈ ਕਿ 10 ਮਿੰਟ ਆਪਾਂ ਇੱਕ ਤੋਂ ਉੱਪਰ ਲਾਉਣੇ ਨੇ। ਇਕਾਗਰਤਾ ਬਣਾਇਓ ਸੰਗਤ ਜੀ, ਗੁਰੂ ਦੇ ਚਰਨਾਂ ਵਿੱਚ ਆਪਾਂ ਸਾਰੇ ਅਰਦਾਸ ਕਰਨ ਵਾਸਤੇ ਜੁੜੇ ਹਾਂ। ਅਤੇ ਗੁਰੂ ਆਪਣੇ ਕੋਲ ਮਾਂ ਹੋਵੇ ਨਾ, ਉਹਦੀ ਨੱਠ ਭੱਜ ਕੇ ਸੇਵਾ ਕਰਿਆ ਕਰੋ। ਜੇ ਇਹਨਾਂ ਹੱਥਾਂ ਦੇ ਨਾਲ ਮਾਂ ਦੀ, ਪਿਓ ਦੀ ਸੇਵਾ ਕੀਤੀ ਹੋਵੇ ਤਾਂ ਫਿਰ ਜਿਸ ਵੇਲੇ ਮਾਂ ਅਤੇ ਪਿਓ ਦੁਨੀਆਂ ਤੋਂ ਜਾਂਦੇ ਨੇ, ਜਾਣਾ ਤਾਂ ਹੁੰਦਾ ਹੀ, ਪਰ ਜਦੋਂ ਜਾਂਦੇ ਨੇ ਨਾ, ਸੱਚ ਗੱਲ ਇਹ ਹੈ ਕਿ ਬੱਚਿਆਂ ਨੂੰ ਇੱਕ ਅਨੋਖੀ ਖੁਸ਼ੀ ਦਾ ਅਹਿਸਾਸ ਹੁੰਦਾ ਹੈ ਕਿ ਫਿਰ ਵੀ ਹੋਇਆ, ਮਾਂ ਚਲੀ ਗਈ, ਭਾਵੇਂ ਘਾਟਾ ਬਹੁਤ ਹੈ ਪਰ ਇਹਨਾਂ ਹੱਥਾਂ ਦੇ ਨਾਲ ਮੈਂ ਆਪਣੀ ਮਾਂ ਅਤੇ ਪਿਓ ਦੀ ਸੇਵਾ ਕਰਦਾ, ਉਹ ਇੱਕ ਅਲੱਗ ਖੁਸ਼ੀ ਹੁੰਦੀ ਹੈ। ਸੋ ਆਓ ਬੜੇ ਪਿਆਰ ਦੇ ਨਾਲ ਇਸ ਸ਼ਬਦ ਦੇ ਨਾਲ ਸੱਜਣ ਮੇਰੇ ਗੁਰੂ ਜਾਇਆ।
Thank you.
ਵਾਹਿਗੁਰੂ 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 ਵਾਹਿਗੁਰੂ
ਸੱਜਣ ਦੀ ਵੀ ਰੰਗ ਦੇ
ਗੁਰਪੁਰੀਆਂ ਸੰਤਾਂ ਦੇ ਵਿੱਚ ਬੜੇ ਬੜੇ ਸਤਿਕਾਰ ਨਾਲ ਮਹਾਂਪੁਰਸ਼ ਸੰਤ ਬਾਬਾ ਕਸ਼ਮੀਰ ਸਿੰਘ ਜੀ ਦੇਖਦੇ ਹੋਏ ਔਰ ਸੰਤ ਬਾਬਾ ਜਗਤਾਰ ਸਿੰਘ ਜੀ ਦੇਖਦੇ ਹੋਏ ਹਾਜ਼ਰ ਦੁਆਰਾ ਹੋਰ ਵੀ ਮਹਾਨ ਸ਼ਖਸੀਅਤ ਜਿਨ੍ਹਾਂ ਦੇ ਨਾਮ ਦਾ ਸ਼ੁਰੂ ਨਹੀਂ ਕਰਨਾ ਆਪ ਸੰਗਤ ਗੁਰੂ ਸਾਹਿਬ ਦੇ ਬੇਨਤੀ ਦੀਆਂ ਜਾਣ ਵਾਲੀਆਂ ਸਰਪੰਚ ਜੀ ਸਾਰਿਆਂ ਦੀ ਹਾਜ਼ਰੀ ਪ੍ਰਵਾਨ ਕਰਨ ਆਪ ਸੰਗਤ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਬੜੇ ਪ੍ਰੇਮ ਅਤੇ ਪਿਆਰ ਨਾਲ ਦੇਖਦੇ ਸਿੰਘ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨਾਂ ਤੋਂ ਹਾਜ਼ਰੀ ਭਰ ਭਰ ਆਪਣੀਆਂ ਹਾਜ਼ਰੀਆਂ ਲਗਵਾਈਆਂ ਜੀਵਨ ਸਫਲ ਸਵਾਸ ਸਫਲ ਬਣਾਏ ਹੋਏ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਿ ਪਾਤਸ਼ਾਹ ਜੀ ਬੜੀ ਸੋਹਣੀ ਬਾਣੀ ਦਾ ਮਹਾਤਮਾ ਕੀਤੇ ਹੋਏ ਕੀਰਤਨ ਦਾ ਮਹਾਤਮਾ ਆਪ ਸਰਬੱਤ ਸੰਗਤਾਂ ਦੇ ਹਿਰਦਿਆਂ ਦੇ ਸਾਹਮਣੇ ਸਤਿਗੁਰ ਜੀ ਆਪ ਸੰਗਤ ਅਤੇ ਸਾਰੇ ਪਰਿਵਾਰ ਭਾਂਡਾ ਮੰਨਣ ਦਾ ਬਾਗ ਬਾਗਰ ਬਖਸ਼ਿਸ਼ ਕਰ ਸੁਆਵਾ ਅਕੀਰ ਕੇ ਆਪਾਂ ਅਨੰਦ ਸਾਹਿਬ ਸ਼੍ਰੀ ਪੌੜੀ ਦਾ ਜਾਪ ਕਰਦੇ ਗੁਰੂ ਦੇ ਚਰਨਾਂ ਵਿੱਚ ਹਾਜ਼ਰੀ ਲਗਵਾਈ ਆਪ ਸਾਰੀ ਸੰਗਤ ਨੂੰ ਹਾਜ਼ਰੀ ਲਗਵਾਈ ਆਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾ ਸਤਿਗੁਰ ਦਾ ਪਾਇਆ ਸਹਿਜ ਸੇ ਮਨ ਮਚਿਆ ਵਰਤਾ ਰਾਗ ਰਤਨ ਪੜਦਾ Yeah.
ਆਪਾਂ ਬੱਚੇ ਸਮਝ ਕੇ ਆਪਣੇ ਜਲਦੀ ਨੂੰ ਦਿਓ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹੋ ਦਾ ਗੁਰਸਾਰਾ ਨਾਮ
ਜੀ ਕੀ ਫਤਿਹ। ਅੰਤਵਾਦੀ ਤੂੰ ਪਰੈ ਪਰੈ
ਸਹਿਬੇ ਜਮਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੈਠੀ ਸਤਿ ਸੰਗਤ ਜੀ, ਅੱਜ ਸੁਖਮਈ ਇਸ ਪ੍ਰੋਗਰਾਮ ਦੇ ਵਿੱਚ ਅੰਤਮ ਅਰਦਾਸ ਸਾਡੇ ਮਾਤਾ ਜੀ ਸਤਵੰਤ ਕੌਰ ਜੀ ਉਹਨਾਂ ਦੀ ਅੰਤਮ ਅਰਦਾਸ 'ਤੇ ਸਾਡੇ ਇਕੱਤਰ ਹੋਏ ਅਤੇ ਹਾਜ਼ਰੀ ਭਰਦੇ ਹੋਏ ਮਾਤਾ ਦੇ ਕਦਮਾਂ ਨੂੰ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਦਮ ਦਾ ਭਰੋਸਾ ਯਾਰ, ਦਮ ਆਵੇ ਨਾ, ਇਸ ਦਮ ਦਾ ਕੋਈ ਪਤਾ ਨਹੀਂ, ਪਰ ਉਸ ਖੁਦਾ ਵਾਲੀ ਅੱਲਾਹ ਉਹ ਵਾਹਿਗੁਰੂ ਨੇ ਜਿੰਨੇ ਸਵਾਸ ਬਖਸ਼ੇ ਹੋਏ ਅਤੇ ਬੰਦੇ ਨੇ ਉਨੇ ਹੀ ਇਹ ਮੇਲਾ ਦੇਖਣ ਇਸ ਧਰਤੀ 'ਤੇ ਮਾਲਕ ਭੇਜਦਾ। ਇਸ ਮੇਲੇ ਦੇ ਵਿੱਚੋਂ ਜਦੋਂ ਉਸ ਵਾਸਾਂ ਦੀ ਲੜੀ ਪੂਰੀ ਹੋ ਜਾਂਦੀ ਹੈ, ਮਾਲਕ ਦੇ ਦਿੱਤੇ ਹੋਏ ਸਾਹ ਅਤੇ ਪੂਰੇ ਕਰਦੇ ਹੋਏ ਮਾਲਕ ਦਾ ਸੰਦੇਸ਼ਾ ਅਤੇ ਉਹ ਮਾਂ ਕਿ ਮਨ ਮਾਂ ਜੇ ਰੱਖਣ ਛਾਵਾ ਉੱਠਾ ਮੈਨੂੰ ਜਗ ਦੇ ਨਜ਼ਰ ਨਾ ਆਉਂਦਾ, ਅਤੇ ਜਿਹੜਾ ਮਾਂ ਦਾ ਪਿਆਰ ਉਹ ਪੁੱਤਰ ਨੂੰ ਕਰਦਾ ਹੁੰਦਾ ਅਤੇ ਉਹ ਮਾਂ ਸਤਵੰਸ ਕੌਰ ਅਤੇ ਜਿਨ੍ਹਾਂ ਦੀ ਆਤਮਾ ਵਾਸਤੇ ਸਾਰੇ ਇਕੱਠੇ ਹੋ ਗਏ ਸ਼ਰਧਾ ਦੇ ਫਲ ਭੇਟ ਕਰਨ ਵਾਸਤੇ ਦੁੱਖ ਦੀ ਘੜੀ ਵਿੱਚ ਆ ਗਿਆ ਕਿ ਇਸ ਦਫ਼ਤਰ ਦੀ ਪ੍ਰਸਾਦ ਅਤੇ ਜਿੰਨੇ ਵੀ ਸੁਭਾਸ ਬਖਸ਼ੇ ਆਪਣੇ ਨੂੰ ਸਾਰੇ ਵਾਲੇ ਸੰਭਾਲ ਵਾਲੇ ਨਾਮ ਦੇ ਨਾਲ ਜੋੜਨਾ ਚਾਹੀਦਾ, ਉਹਦਾ ਸਿਮਰਨ ਕਰਨਾ ਚਾਹੀਦਾ। ਇਹੀ ਸਹਾਈ ਹੁੰਦਾ ਕਿ ਮੈਂ ਇਸ ਵਾਹਿਗੁਰੂ ਅੱਗੇ ਇਹੀ ਦੁਆ ਕਰਾਂ ਕਿ ਮਾਂ ਮੈਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਅਤੇ ਮਗਰ ਪਰਿਵਾਰ ਭਾਣਾ ਮਲਣ ਦਾ ਬਲ ਬਖਸ਼ੇ ਅਤੇ ਇਹ ਵੀ ਵਾਹਿਗੁਰੂ ਤਖਤ ਬਖਸ਼ਦਾ ਭਾਣਾ ਮਲਣ ਉਹਨੇ ਤਖਤ ਬਖਸ਼ਣੀ ਪਰਿਵਾਰ ਨੂੰ ਭਾਣਾ ਮਲਣ ਦਾ ਬਲ ਬਖਸ਼ੇ ਵਾਹਿਗੁਰੂ ਅਤੇ ਮੈਂ ਬੇਨਤੀ ਕਰਾਂ ਮੇਰੇ ਬਹੁਤ ਹੀ ਸਤਿਕਾਰ ਤੋਂ ਸਾਈਂ ਪੈਪਰ ਸ਼ਾਹ ਜੀ ਸੂਖੀ ਦਰਗਾਹ ਪਰ ਵਿਚਾਰੇ ਤੇ ਸੂਫਿਆਨਾ ਦਰਗਾਹ ਪਰ ਪੰਜਾਬ ਦੇ ਦਰਗਾਹ ਉਹ ਮਾਤਾ ਜੀ ਨੇ ਸ਼ਰਧਾ ਦੇ ਹੋਏ ਪੇਟ ਕਰਕੇ ਸਾਈਂ ਪੈਪਰ ਸ਼ਾਹ ਜੀ ਜੀ ਦੀ ਪਾਵਨ ਪਵਿੱਤਰ ਗੋਦ ਦੇ ਅੰਦਰ ਅੱਜ ਬਹੁਤ ਹੀ ਪੂਜਨੀ ਮਾਤਾ ਜੀ ਸ਼੍ਰੀਮਤੀ ਸਤਵੰਤ ਕੌਰ ਜੀ ਜੋ ਪਿਛਲੇ ਦਿਨੀ ਆਪਣੀ ਸੰਸਾਰਿਕ ਯਾਤਰਾ ਕਰਦੇ ਹੋਏ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਜਾਗ ਰਾਜ ਉਹਨਾਂ ਨੂੰ ਸ਼ਰਧਾ ਦੇ ਫੁੱਲ ਪੇਂਟ ਕਰਨ ਵਾਸਤੇ ਸਾਰੇ ਹੀ ਰਿਸ਼ਤੇਦਾਰ ਸੰਗ ਸੰਬੰਧੀ ਰਾਜਨੀਤਿਕ ਧਾਰਮਿਕ ਸਮਾਜਿਕ ਆਗੂ ਤਸ਼ਰੀਫ ਰਮਾਨ ਨੇ ਸਭ ਤੋਂ ਪਹਿਲਾਂ ਸਾਰੇ ਫਤਿਹ ਨੂੰ ਸਾਂਝ ਪਾਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅਤੇ ਅਸੀਂ ਸਾਰੀ ਸੂਫੀਆ ਦਰਗਾਹ ਪ੍ਰਬੰਧਕ ਕਮੇਟੀ ਦੀ ਤਰਫੋਂ
ਉਸ ਦੀ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਆ ਰਹੇ ਹਾਂ। ਇਸ ਦੁੱਖ ਦੀ ਘੜੀ ਦੇ ਵਿੱਚ ਆਪਾਂ ਸਾਰੇ ਪਹੁੰਚੇ ਹਾਂ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ, ਕਿਉਂਕਿ ਜਨਣੀ ਜਨਨੀ ਦਾ ਭਗਤ ਜਨ ਜਾਂ ਦਾਤਾ ਜਾਂ ਸੂਰ, ਨਹੀਂ ਤਾਂ ਜਨਣੀ ਬਾਂਝ ਰਹੇ ਕਾਹੇ ਨਵਾਬ ਹੈ। ਦੁਨੀਆਂ ਦੇ ਵਿੱਚ ਮਾਂ ਨੂੰ ਸਭ ਤੋਂ ਵੱਡਾ ਰੁਤਬਾ ਮਿਲਿਆ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਵਰ ਪਰਮਾਤਮਾ ਨੂੰ ਬਾਅਦ ਵਿੱਚ ਰੁਤਬਾ ਮਿਲਦਾ। ਪਹਿਲਾ ਰੁਤਬਾ ਮਾਂ, ਦੂਸਰਾ ਰੁਤਬਾ ਪਿਓ ਹੈ, ਜਿਸ ਦੇ ਰਾਹੀਂ ਇਹ ਦੁਨੀਆ, ਇਹ ਜਗਤ, ਇਹ ਮੇਲੇ ਦੇ ਵਿੱਚ ਇਨਸਾਨ ਆਉਂਦਾ ਹੈ ਕਮਾਈ ਕਰਨ ਵਾਸਤੇ, ਹੱਕ ਅਤੇ ਸੱਚ ਦੀ ਕਮਾਈ ਕਰਨ ਵਾਸਤੇ। ਅਤੇ ਧੰਨ ਹੋ ਜਾਂਦੀ ਉਹ ਮਾਂ, ਧੰਨ ਹੋ ਜਾਂਦੀ ਉਹਦੀ ਗੋਦ, ਜਿਹੜੀ ਕਿਸੇ ਸੂਰਮੇ ਨੂੰ, ਕਿਸੇ ਭਗਤ ਨੂੰ, ਕਿਸੇ ਐਸੇ ਸੰਤਾਂ ਮਹਾਂਪੁਰਸ਼ਾਂ ਨੂੰ ਜਨਮ ਦਿੰਦੀ ਹੈ, ਜਿਹਦੇ ਨਾਲ ਉਹ ਆਪ ਤਾਂ ਭਾਗਾਂ ਵਾਲੀ ਹੋਈ ਜਾਂਦੀ ਹੈ। ਇਸ ਦੁਨੀਆਂ ਦੇ ਵਿੱਚ ਇੱਕ ਐਸੀ ਰੂਹ ਨੂੰ ਲੈ ਕੇ ਆਉਂਦੀ ਹੈ, ਜਿਸ ਦੇ ਰਾਹੀਂ ਕਈ ਕੁੱਲਾਂ ਕਰ ਜਾਂਦੀਆਂ ਨੇ। ਸਾਡੇ ਬਹੁਤ ਹੀ ਸਤਿਕਾਰਯੋਗ ਸਾਈਂ ਜੀ, ਸਾਈਂ ਅਵਿਨਾਸ਼ ਸ਼ਾਹ ਜੀ, ਕਾਦਰੀ ਸਾਹਿਬ, ਸਾਡੇ ਬਾਬਾ ਜੀ ਸੁਰੇਸ਼ ਜੀ, ਜਿਹਨਾਂ ਰੂਪਾਂ ਨੂੰ ਮਾਤਾ ਜੀ ਨੇ ਜਨਮ ਦਿੱਤਾ, ਤਾਂ ਜਿਹਨਾਂ ਨੇ ਆ ਕੇ ਆਪ ਖੁਦਾ ਦੀ ਬੰਦਗੀ ਦੇ ਵਿੱਚ ਲੱਗੇ ਨੇ, ਅਤੇ ਸੰਗਤਾਂ ਨੂੰ ਉਸ ਖੁਦਾ ਦੇ ਨਾਲ, ਉਸ ਪਰਮਾਤਮਾ ਦੇ ਨਾਲ ਮਿਲਣ ਦਾ ਰਸਤਾ ਦੱਸਦੇ ਨੇ। ਕਿਉਂਕਿ ਕਬੀਰਾ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਹੋ ਸੰਤ ਚ ਪਾਵੇ ਨਾ। ਇਹ ਸੰਤਾਂ ਮਹਾਂਪੁਰਸ਼ਾਂ ਦੀ ਨਗਰੀ ਹੈ, ਬਹੁਤ ਹੀ ਸਤਿਕਾਰਯੋਗ ਸੰਤ ਮਹਾਂਪੁਰਸ਼ ਹਰੀ ਸਿੰਘ ਜੀ ਨੇਕੀ ਵਾਲੇ, ਸਤਿਕਾਰਯੋਗ ਸਿੰਘ ਜੀ ਮਹਾਰਾਜ ਨੇਕੀ ਵਾਲੇ, ਉਹਨਾਂ ਦੇ ਇਸ ਦਰਬਾਰ ਦੇ ਉੱਤੇ, ਇਸ ਦਰਬਾਰ ਦੀ ਸੇਵਾ ਨਿਭਾ ਰਹੇ ਸਤਿਕਾਰਯੋਗ ਸੰਤ ਬਾਬਾ ਕਸ਼ਮੀਰ ਸਿੰਘ ਜੀ ਔਰ ਸੰਤ ਬਾਬਾ ਜਗਤਾਰ ਸਿੰਘ ਜੀ। ਇਸ ਦੁਨੀਆਂ ਦੇ ਵਿੱਚ ਜਨਮ ਮਿਲਦਾ ਹੈ, ਜਨਮ ਤੋਂ ਬਾਅਦ ਜਿਹੜਾ ਕਰਮ ਕਰਦੇ ਹੋ ਉਹ ਕਰਮ ਹਮੇਸ਼ਾ ਹੀ ਜਿਉਂਦਾ ਰਹਿੰਦਾ ਹੈ। ਮਾਤਾ ਜੀ ਨੇ ਆਪ ਨਾਮ ਜਪਿਆ, ਆਪਣੇ ਬੱਚਿਆਂ ਨੂੰ ਨਾਮ ਜਪਣ ਦੀ ਪ੍ਰੇਰਣਾ ਦਿੱਤੀ। ਇਹੀ ਸਾਡਾ ਵੱਡਾ ਭਾਗ ਹੈ ਕਿ ਉਹ ਮਾਂ ਮਿਲ ਜਾਵੇ ਜਿਹਦੇ ਵਿੱਚੋਂ ਗੁਰੂ ਦੀ ਵੀ ਸਾਨੂੰ ਤਸਵੀਰ ਝਲਕੇ, ਕਿਉਂਕਿ ਗੁਰੂ ਇਹ ਮਾਵਾਂ ਘੱਟ ਮਿਲਦੀਆਂ ਨੇ ਜਿਹੜੀਆਂ ਕਹਿੰਦੀਆਂ ਨੇ ਕਿ ਸਾਡਾ ਪੁੱਤਰ ਫਕੀਰ ਹੋ ਜਾਏ। ਹਰ ਮਾਂ ਚਾਹੁੰਦੀ ਹੈ ਕਿ ਮੇਰਾ ਪੁੱਤਰ ਡੀਸੀ ਲੱਗ ਜਾਏ, MLA ਬਣ ਜਾਏ, ਆਫਿਸਰ ਬਣ ਜਾਏ, ਪਰ ਵਿਰਲੀਆਂ ਮਾਵਾਂ ਨੇ ਜਿਹੜੀਆਂ ਕਹਿੰਦੀਆਂ ਨੇ ਕਿ ਮੇਰਾ ਪੁੱਤਰ ਫਕੀਰ ਰੱਬ ਦੀ ਬੰਦਗੀ ਕਰੇ, ਆਪ ਤਰ ਜਾਵੇ, ਇਸ ਪੁੱਲ ਨੂੰ ਉਤਾਰ ਦੇਵੇ ਅਤੇ ਸੰਗਤ ਦੀ ਸੇਵਾ ਕਰੇ। ਇਹ ਸੇਵਾ ਕਰਕੇ ਅੱਜ ਆਪਾਂ ਸਾਰੇ ਇੱਥੇ ਇਕੱਤਰ ਹੋਏ ਹਾਂ। ਸਾਡੇ ਬਹੁਤ ਹੀ ਸਤਿਕਾਰਯੋਗ ਚੇਅਰਮੈਨ ਜੀ ਬਾਬਾ ਜੀ ਸ਼ੰਭੂ ਰਾਮ ਜੀ, ਸੱਤੇ ਰਹਿਮਤਾਂ ਦਰਬਾਰ ਮਈਆ ਭਗਵਾਨ ਜੀ, ਸਾਈਂ ਜੀ ਲਖਬੀਰ ਸ਼ਾਹ ਜੀ ਔਰ ਸਾਈਂ ਜੀ ਬਾਬਾ ਸਾਧੂ ਸ਼ਾਹ ਜੀ, ਸਾਈਂ ਜੀ ਬਾਬਾ ਜੀ ਬਲਦੇਵ ਜੀ ਔਰ ਸਾਈਂ ਜੀ ਬਾਬਾ ਜਸਵੀਰ ਸਾਹਿਬ ਜੀ, ਸਾਡੇ ਚੇਅਰਮੈਨ ਸਾਈਂ ਜੀ ਬਾਬਾ
ਮਨਜੀਤ ਸਾਹਿਬ ਜੀ, ਬਾਬਾ ਰਾਮ ਪ੍ਰਕਾਸ਼ ਜੀ, ਬਾਬਾ ਜਸਵੀਰ ਸਾਹਿਬ ਜੀ, ਹੋਰ ਵੀ ਮਹਾਂਪੁਰਸ਼, ਬਾਬਾ ਬਿਲੇ ਸ਼ਾਹ ਜੀ ਔਰ ਹੋਰ ਮਹਾਂਪੁਰਸ਼ ਤਸ਼ਰੀਫ ਲਿਆਏ ਨੇ। ਸਾਰਿਆਂ ਦੇ ਵੱਲੋਂ ਅਸੀਂ ਮਾਤਾ ਦੇ ਚਰਨਾਂ ਦੇ ਵਿੱਚ ਕੋਟੀ ਕੋਟੀ ਨਮਨ ਕਰਦੇ ਹਾਂ, ਕਿਉਂਕਿ ਮਾਂ ਦਾ ਰੁਤਬਾ ਦੁਨੀਆ ਵਿੱਚ ਸਭ ਤੋਂ ਵੱਡਾ ਹੈ। ਜਿਹਦੇ ਨਾਲ ਇਸ ਦੁਨੀਆ ਦੇ ਵਿੱਚ ਆਉਣਾ ਹੁੰਦਾ ਹੈ, ਅਤੇ ਅੱਜ ਅਸੀਂ ਉਸ ਮਾਂ ਨੂੰ ਉਹਨਾਂ ਦੇ ਚਰਨਾਂ ਵਿੱਚ ਅਰਦਾਸ ਵੀ ਕਰਦੇ ਹਾਂ ਅਤੇ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ। ਕਿਉਂਕਿ ਕਿਸੇ ਸ਼ਾਇਰ ਨੇ ਲਿਖਿਆ ਕਿ ਮਾਂ ਵਰਗਾ ਘਣਸ਼ਾਮਾ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਏ, ਜਿਸ ਤੋਂ ਲੈ ਕੇ ਸ਼ਾਮ ਦਾਰੀ ਰੱਬ ਨੇ ਸਵਰਗ ਬਣਾਏ। ਅਤੇ ਅੱਜ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਜਦੋਂ ਮਾਂ ਨੂੰ ਸੱਚਖੰਡ ਦੇ ਵਾਸ ਕੀ ਹੋ ਜਾਣ, ਅਤੇ ਮਾਂ ਜਿਹੜੀ ਹੈ ਉਹਦੀ ਆਤਮਾ ਜਿਹੜੀ ਹੈ, ਕਿਉਂਕਿ ਮਾਂ ਕਦੇ ਦੁਬਾਰਾ ਨਹੀਂ ਮਿਲਦੀ, ਬਾਪ ਕਦੇ ਦੁਬਾਰਾ ਨਹੀਂ ਮਿਲਦੀ। ਲੱਖਾਂ ਰਿਸ਼ਤੇ ਨੇ ਦੁਨੀਆਂ ਦੇ ਵਿੱਚ ਕਿ ਇਹ ਜਿਹੜਾ ਸਾਕ ਹੈ ਇਹਦਾ ਦਰਦ ਅਨੋਖਾ ਹੈ, ਇਹਦਾ ਵਿਛੋੜਾ ਅਨੋਖਾ ਹੈ, ਕਿਉਂਕਿ ਜਿਹਦੀ ਜਦੋਂ ਕਿਸੇ ਦਾਮੇ ਮੂੰਹੋਂ ਨਾ ਲੈਣਾ ਸਿੱਖਿਆ, ਰੱਬ ਕਹਿਣ ਨਾਲੋਂ ਪਹਿਲਾਂ ਮਾਂ ਕਹਿਣ, ਰੱਬ ਦਾ ਨਾਂ ਬਾਅਦ ਵਿੱਚ ਕਹਿੰਦਾ ਬੰਦਾ, ਪਰ ਸਭ ਤੋਂ ਪਹਿਲਾਂ ਉਹਦੀ ਪੁਕਾਰ ਜਿਹੜੀ ਹੈ ਉਹ ਮਾਂ ਨਿਕਲਦਾ ਹੈ। ਸੋ ਆਪਾਂ ਸਾਰੇ ਦੁਆ ਕਰਨੀ ਹੈ ਕਿ ਮਾਤਾ ਦੀ ਆਤਮਾ ਨੂੰ ਸ਼ਾਂਤੀ ਮਿਲੇ ਔਰ ਪਰਿਵਾਰ ਨੂੰ ਭਾਣਾ ਮੰਨਣ ਦਾ ਜਿਹੜਾ ਬਲ ਬਖਸ਼ਿਸ਼ ਕਰੇ ਸਤਿਗੁਰੂ ਮਹਾਰਾਜ, ਉਸ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਦੇ ਦੇਵੇ ਔਰ ਸਾਨੂੰ ਇਸ ਗਮਗੀਨ ਜਗ੍ਹਾ 'ਤੇ ਸਾਨੂੰ ਛੱਡ ਗਏ ਨੇ, ਉਹਨਾਂ ਦਾ ਵਿਛੋੜਾ ਸਾਡੇ ਲਈ ਬਹੁਤ ਡੂੰਘਾ ਹੈ, ਕਿਉਂਕਿ ਜਿਨ੍ਹਾਂ ਦੇ ਮਾਂ ਬਾਪ ਚਲੇ ਜਾਂਦੇ ਨੇ ਇਹ ਉਹ ਦਰਦ ਜਾਣਦੇ ਨੇ, ਕਿਉਂਕਿ ਮਾਪਿਆਂ ਦੀ ਸੇਵਾ ਨਾਲ ਹੀ ਸਭ ਤੋਂ ਵੱਡੀ ਸੇਵਾ ਵੀ ਇਹੀ ਹੈ। ਜੋ ਮਾਂ ਬਾਪ ਦੀ ਸੇਵਾ ਕਰ ਲੈਂਦੇ ਆ ਉਹ ਦੁਨੀਆ ਦੇ ਵਿੱਚ ਵੱਡਾ ਰੁਤਬਾ ਹਾਸਲ ਕਰਦੇ ਆ। ਮਹਾਂਪੁਰਸ਼ ਫਕੀਰ ਜਿਹੜੇ ਇਹ ਵੀ ਇਹੀ ਗੱਲਾਂ ਦੱਸਦੇ ਨੇ ਕਿ ਆਪਣੇ ਬਜ਼ੁਰਗਾਂ ਦੀ, ਆਪਣੇ ਵੱਡਿਆਂ ਦੀ ਸੇਵਾ ਕਰਕੇ, ਇਹਨਾਂ ਦੀ ਸੇਵਾ ਦੇ ਵਿੱਚ ਹੀ ਪਰਮਾਤਮਾ ਰਹਿੰਦਾ ਹੈ, ਕਿਉਂਕਿ ਪਰਮਾਤਮਾ ਜਿਹੜਾ ਹੈ ਉਹ ਸਾਨੂੰ ਇਹੀ ਦੱਸਦਾ, ਇਹੀ ਮਾਰਗ ਸਾਨੂੰ ਦੱਸਦੇ ਨੇ। ਸਤਿਗੁਰ ਦੀ ਬਾਣੀ ਇਹੀ ਮਾਰਗ ਦੱਸਦੀ ਹੈ ਕਿ ਸਾਨੂੰ ਆਪਣੇ ਵੱਡਿਆਂ ਦੀ ਪਹਿਲਾਂ ਸੇਵਾ ਕਰਨੀ ਚਾਹੀਦੀ ਹੈ। ਬੇਸ਼ੱਕ ਅਸੀਂ ਵੱਖ ਵੱਖ ਨਾਮ ਦੇ ਨਾਲ ਉਸ ਪਰਮਾਤਮਾ ਨੂੰ ਪੁਕਾਰਦੇ ਹਾਂ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੁਸਈਆਂ, ਕੋਈ ਅਲੱਗ ਨਹੀਂ, ਕੋਈ ਅੱਲਾ ਅੱਲਾ ਕਹਿ ਕੇ ਬਾਜਾ ਮਾਰੀ ਜਾਂਦਾ ਹੈ, ਕੋਈ ਵਾਹਿਗੁਰੂ ਵਾਹਿਗੁਰੂ ਕਹੀ ਜਾਂਦਾ ਹੈ, ਅਸੀਂ ਪੁਕਾਰਦੇ ਸਾਰੇ ਉਸ ਨੂੰ ਹੀ। ਕੋਈ ਰਾਮ ਰਾਮ ਕਹਿ ਲੈਂਦਾ, ਕੋਈ ਖੁਦਾ ਖੁਦਾ ਕਹਿ ਲੈਂਦਾ, ਕੋਈ ਅੱਲਾ ਅੱਲਾ ਕਹਿ ਲੈਂਦਾ। ਇਸ ਕਰਕੇ ਅਸੀਂ ਮਿਲਦੇ ਉਹਨੂੰ ਹੀ ਹਾਂ, ਮਿਲਣਾ ਉਹਨੂੰ ਹੀ ਹੈ, ਇਸ ਕਰਕੇ ਆਪਸੀ ਜਿਹੜਾ ਪਿਆਰ ਆ ਉਹ ਸਾਨੂੰ ਬਣਾਉਣ ਦੀ ਲੋੜ ਹੈ, ਕਿਉਂਕਿ ਬਹੁਤੀਆਂ ਜ਼ਿਆਦਾ ਵਿਚਾਰਾਂ ਵਿੱਚ ਪੈ ਜਾਈਏ ਫਿਰ ਬੰਦਾ ਸਿਮਰਨ ਨਹੀਂ ਕਰ ਸਕਦਾ। ਸਾਦਗੀ ਵਿੱਚ ਰਹਿ ਕੇ, ਸਧਾਰਨ ਰੂਪ ਦੇ ਵਿੱਚ ਰਹਿ ਕੇ ਸਾਨੂੰ ਉਸ ਮਾਲਕ ਦੀ ਬੰਦਗੀ ਕਰਨੀ ਚਾਹੀਦੀ ਹੈ, ਕਿਉਂਕਿ ਸਤਿਗੁਰੂ ਮਹਾਰਾਜ ਜੀ ਬਾਣੀ ਵਿੱਚ ਪ੍ਰਮਾਣ ਕਰਦੇ ਨੇ, ਉੱਚੇ ਮੰਦਰ ਸਾਲ ਰਸੋਈ, ਉੱਚੇ ਮੰਦਰ ਸਾਲ ਰਸੋਈ ਇੱਕ ਘੜੀ ਫੁੱਲ ਮਹਿਕਣਾ ਹੋਈ, ਇਹ ਤਨ ਐਸਾ ਜੈਸੇ ਖਾਸ ਕੀ ਕਾਟੀ, ਜਲ ਗਿਓ ਖਾਸ ਰਲ ਗਿਓ। ਭਾਈ ਬੰਦ ਕੁਟੰਬ ਸਹੇਰਾ,
ਕੋਈ ਵੀ ਲਾਗੇ ਕਾਢ ਸਵੇਰਾ ਘਰ ਕੀ ਨਾਰ ਪੁਰੇ ਤਮ ਲਾਗੀ ਉਹ ਤੋਂ ਬੁੱਧ ਬੁੱਧ ਕਰ ਬਾਗੀ ਕਹਿ ਰਵਿਦਾਸ ਸਭੇ ਜਗ ਲੁਟਿਆ ਹਮ ਤੋਂ ਏਕ ਰਾਮ ਕਹਿ ਛੱਡਿਆ ਕਿ ਮੈਂ ਇਹਨਾਂ ਚੱਕਰਾਂ ਤੋਂ ਮੁਕਤ ਹੋ ਗਿਆ। ਇਸ ਦੁਨੀਆਂ ਵਿੱਚ ਤੁਹਾਡਾ ਆਪਣਾ ਕੋਈ ਖਾਸ ਨਹੀਂ ਹੈ, ਜਿਵੇਂ ਤੁਹਾਡਾ ਆਖਰੀ ਸਮੇਂ ਵਿੱਚ ਸਹਾਈ ਹੋਣਾ ਉਹ ਮਾਲਕ ਹੈ। ਭਾਵ ਸਾਨੂੰ ਇਕੱਲੇ ਇਕੱਲੇ ਵੀ ਛੱਡਦੇ ਚਲੇ ਜਾਣਾ ਹੈ, ਸਾਨੂੰ ਮਾਂ ਨੇ ਵੀ ਛੱਡ ਜਾਣਾ, ਪਿਓ ਨੇ ਵੀ ਛੱਡ ਜਾਣਾ, ਭੈਣ ਭਾਈਆਂ ਨੇ ਵੀ ਛੱਡ ਜਾਣਾ, ਲੇਕਿਨ ਇੱਕ ਐਸੀ ਸ਼ਕਤੀ ਹੈ ਜਿਹਨੇ ਤੁਹਾਡਾ ਇੱਥੇ ਵੀ ਸਾਥ ਨਿਭਾਉਣਾ ਤੇ ਜਿਹਨੇ ਸਾਡਾ ਉੱਥੇ ਵੀ ਸਾਥ ਨਿਭਾਉਣਾ, ਕਿਉਂਕਿ ਨਾ ਧੁੱਪ ਰਹਿਣੀ ਨਾ ਛਾਂ ਬੰਦਿਆ, ਨਾ ਪਿਓ ਰਹਿਣਾ ਨਾ ਮਾਂ ਬੰਦਿਆ, ਹਰ ਸ਼ੈ ਨੇ ਆਖਿਰ ਮੁੱਕ ਜਾਣਾ, ਇੱਕ ਰਹਿਣਾ ਰੱਬ ਦਾ। ਇਸ ਕਰਕੇ ਰੱਬ ਦੇ ਨਾਮ ਨੂੰ ਪੁਕਾਰ ਲਈਏ, ਰੱਬ ਨੂੰ ਯਾਦ ਕਰ ਲਈਏ, ਸੇਵਾ ਕਰ ਲਈਏ ਬਜ਼ੁਰਗਾਂ ਦੀ, ਵੱਡਿਆਂ ਦੀ ਸੇਵਾ, ਸੇਵਾ ਤੇ ਸਿਮਰਨ ਦੋਵੇਂ ਬੰਦੇ ਨੂੰ ਉਤਾਰ ਦੇ, ਅਸੀਂ ਸੇਵਾ ਕਰ ਲਈਏ, ਸਿਮਰਨ ਕਰ ਲਈਏ। ਇਹੀ ਕਰਕੇ ਜਿਹੜੀ ਜਦੋਂ ਅਸੀਂ ਮੌਤ ਜਦੋਂ ਆਉਂਦੀ ਹੈ, ਜਿਸ ਵੇਲੇ ਅਸੀਂ ਜਨਾਜ਼ਾ ਲੈ ਕੇ ਜਾਂਦੇ ਹਾਂ, ਜਦੋਂ ਉਹਦੇ ਮਗਰ ਤੁਰੇ ਹੁੰਦੇ ਹਾਂ, ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ, ਪੂਰਨ ਪਰਮਾਨੰਦ ਐਸੀ ਮਰਨੀ ਜੋ ਮਰੇ ਬਹੁਤ ਨਾ ਮਰਨਾ ਹੋਏ। ਜਿਹੜੇ ਫਕੀਰ ਹੁੰਦੇ ਨੇ ਇਹ ਤਾਂ ਮੌਤ ਨੂੰ ਪਹਿਲਾਂ ਹੀ ਗਲੀ 'ਚ ਰੱਖ ਲੈਂਦੇ, ਇਹ ਤਾਂ ਪਹਿਲਾਂ ਹੀ ਸਾਰਾ ਕੁਝ ਆਪਣਾ ਖਤਮ ਕਰ ਲੈਂਦੇ ਨੇ। ਅਤੇ ਇਸ ਕਰਕੇ ਫਕੀਰਾਂ ਵਰਗੀ ਜ਼ਿੰਦਗੀ ਜਿਉਣ ਲਈ ਬੰਦੇ ਨੂੰ ਬਹੁਤ ਤਪ ਕਰਨਾ ਪੈਂਦਾ ਹੈ, ਬਹੁਤ ਕੁਝ ਸਿੱਖਣਾ ਪੈਂਦਾ ਹੈ, ਅਤੇ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਆਪਣਾ ਜੀਵਨ ਸਫਲ ਬਣਾਓ, ਇਹੀ ਸਾਡੇ ਜ਼ਿੰਦਗੀ ਦਾ ਮੁੱਖ ਮਕਸਦ ਹੈ। ਬਜ਼ੁਰਗਾਂ ਦੀ ਸੇਵਾ ਕਰੀਏ, ਵੱਡਿਆਂ ਦੀ ਸੇਵਾ ਕਰੀਏ। ਸਾਈ ਅਵਿਨਾਸ਼ ਸ਼ਾਹ ਜੀ, ਸਾਰੇ ਪਰਿਵਾਰ ਦੇ ਨਾਲ ਅਸੀਂ ਦੁੱਖ ਸਾਂਝਾ ਕਰਦੇ ਹਾਂ, ਸਾਰੀ ਹੀ ਸੁਖੀਆਨਾ ਦਰਗਾਹ ਪ੍ਰਬੰਧਕ ਕਮੇਟੀ ਦੇ ਵੱਲੋਂ ਅਸੀਂ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ, ਔਰ ਦੁਆ ਕਰਦੇ ਹਾਂ ਉਸ ਅੱਲਾ ਵਾਹਿਗੁਰੂ ਦੇ ਅੱਗੇ ਕਿ ਮਾਤਾ ਜੀ ਦੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣਾ, ਔਰ ਸਾਰੀ ਸੰਗਤ ਨੂੰ, ਸਾਰੇ ਰਿਸ਼ਤੇਦਾਰਾਂ ਨੂੰ ਕਿ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਜਿੰਨੀਆਂ ਵੀ ਸੰਗਤਾਂ ਇਸ ਦੁੱਖ ਦੀ ਘੜੀ ਵਿੱਚ ਆਈਆਂ, ਸਾਈ ਅਵਿਨਾਸ਼ ਸ਼ਾਹ ਜੀ ਵੱਲੋਂ ਦਸ ਸਾਰੀਆਂ ਸੰਗਤਾਂ ਦਾ ਕੋਲ ਕੋਲ ਸੰਭਾਲ ਹੈ, ਅਤੇ ਹੁਣ ਗੁਰੂ ਦੇ ਲੰਗਰ ਸਾਰਿਆਂ ਨੇ ਛੱਡ ਕੇ ਜਾਣਾ, ਲੰਗਰ ਛੱਡ ਬਗੈਰ ਕਿਸੇ ਨੇ ਨਹੀਂ ਜਾਣਾ। ਬਾਬਾ ਜੀ ਵੱਲੋਂ ਵੀ ਬੇਨਤੀ ਹੈ, ਦਸ ਸਾਲ ਨੂੰ ਵੀ ਬੇਨਤੀ ਹੈ ਕਿ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਿਵਾਰ ਵਾਲਿਆਂ ਨੂੰ ਬਹੁਤ ਬਹੁਤ ਧੰਨਵਾਦ ਜੀ, ਆਈ ਹੋਈ ਸਾਧ ਸੰਗਤ ਦਾ। ਸੋ ਹੁਣ ਡੇਰੇ ਦੀਆਂ ਸੰਖਿਆਰੀਆਂ ਬਾਬਾ ਕਸ਼ਮੀਰ ਸਿੰਘ ਜੀ ਪਰਿਵਾਰ ਨਾਲ ਰੁਪਾ ਵੀ ਬਖਸ਼ਿਸ਼ ਕਰਨਗੇ, ਅਤੇ ਦੋਹਾਂ ਹੀ ਭਰਾਵਾਂ ਨੂੰ ਬੇਨਤੀ ਹੈ ਕਿ ਆ ਕਰਕੇ ਗੁਰੂ ਘਰ ਦਾ ਬਖਸ਼ਿਸ਼ ਲੈਣ ਦੀ ਕਿਰਪਾਲਤਾ ਕਰਨ ਜੀ। ਇਹਨਾਂ ਦੁਆਰਾ ਪਰਿਵਾਰ ਵੱਲ ਬਹੁਤ ਬਹੁਤ ਧੰਨਵਾਦ, ਆਈ ਹੋਈ ਸਾਧ ਸੰਗਤ ਦਾ, ਸੇਵਾਦਾਰਾਂ ਦਾ, ਮਹਾਂਪੁਰਸ਼ਾਂ ਦਾ। ਸਵਾਲ ਸਾਹਿਬ ਨੂੰ ਬੇਨਤੀ ਹੈ ਗੁਰੂ ਦੇ ਵਰਤੇ ਵੀ ਉਪਰੰਤ ਗੁਰੂ ਕੇ ਲੰਗਰ ਤਿਆਰ ਹੈ, ਸਭਨਾਂ ਨੇ ਗੁਰੂ ਕੇ ਲੰਗਰ ਛੱਕ ਕੇ ਆਪਣੀ ਕਿਰਪਾਲਤਾ ਕਰਨੀ ਜੀ। ਸੰਤ ਬਾਬਾ ਕਸ਼ਮੀਰ ਸਿੰਘ ਜੀ ਦੋਹਾਂ ਭਰਾਵਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਦੇਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਆ ਕਰਕੇ ਆਪੋ ਆਪਣੇ ਬਖਸ਼ਿਸ਼ ਲੈਣ ਦੀ ਕਿਰਪਾਲਤਾ ਕਰਿਓ ਜੀ।
ਜੀ ਮੂੰਹ ਇਹਨੂੰ ਕਰੋ
ਬੇਨਤੀ ਹੈ ਵੀ ਜਿਹੜੀ ਹੈ ਉਹ ਅੱਗੇ ਗੁਰੂ ਸਾਹਿਬ ਦੇ ਸਰੂਪ ਦੇ ਤੌਰ 'ਤੇ ਕਿਹੜਾ ਹੈ ਚਾਬੀ ਹੈ ਉਹਦੇ ਵਿੱਚ ਛੰਦਾ ਹੈ ਮਛਿੰਦਰਾ ਪਿਆ ਬੇਨਤੀ ਹੈ ਜੀ ਸਾਰੀਆਂ ਸੰਗਤਾਂ ਨੂੰ ਜਿਵੇਂ ਜਿਵੇਂ ਕਿਹਾ ਪ੍ਰਸ਼ਾਦ ਦੀ ਦੇਖ ਵਰਤੀ ਹੈ ਪਹਿਲੇ ਵੀਰ ਪ੍ਰਸ਼ਾਦਾ ਛਕ ਲੈਣ ਫਿਰ ਦਿੱਲੀਆਂ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਛਕ ਲੈਣ ਵਾਰੀ ਵਾਰੀ ਸਾਰੀ ਸੰਗਤ ਨੇ ਗੁਰੂ ਨਾਨਕ ਦੇਵ ਛਕ ਲੈਣ ਵਾਹਿਗੁਰੂ
ਹੋ ਗਿਆ ਮੈਂ ਪ੍ਰੋਗਰਾਮ।